ਪੇਂਡੂ ਖੇਤਰ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਅਪਣਾਇਆ ਗਿਆ ਪਰਮਵੀਰ ਚੱਕਰ ਵਿਜੇਤਾ ਫਲਾਇੰਗ ਆਫਿਸਰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਪਿੰਡ ਈਸੇਵਾਲ ਅੱਜ ਵੀ ਕਈ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਦੇ ਲੋਕਾਂ ਦੇ ਮੁਤਾਬਕ ਹਾਲਾਤ ਇਹ ਹੈ ਕਿ 2014 ਵਿੱਚ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣੇ ਬਿੱਟੂ ਵੱਲੋਂ ਕੋਈ ਵੀ ਸੁਵਿਧਾ ਪਿੰਡ ਨੂੰ ਨਹੀਂ ਦਿੱਤੀ ਗਈ। ਕੀ ਨਾਮ ਹੈ ਭਾਈ ਤੁਹਾਡਾ? ਜਸਵਿੰਦਰ ਸਿੰਘ। ਕਿਹੜੇ ਪਿੰਡ ਦੇ ਨੇ? ਇੱਥੇ ਸੇਵਾਲ ਦੇ ਰਹਿਣ ਵਾਲੇ। ਭਾਅ ਜੀ, ਪਿੰਡ ਦਾ ਕਿੰਨਾ ਕੁ ਵਿਕਾਸ ਹੋਇਆ ਦੇਖਿਆ ਜਾਵੇ? ਪਰ ਵਿਕਾਸ ਤਾਂ ਸਾਨੂੰ ਕੁਛ ਵੀ ਨਹੀਂ ਲੱਗਦਾ ਵੀ ਸਾਡੇ ਪਿੰਡ ਦਾ ਵਿਕਾਸ ਹੋਊਗਾ ਜਾਂ ਹੋਇਆ ਵਾ। ਸਾਡੇ ਤਾਂ ਸਾਹਮਣੇ ਦੇਖ ਲਓ ਕੈਮਰਾ, ਕੁਛ ਵੀ ਨਹੀਂ ਹੈਗਾ। ਕੀ ਰੀਜ਼ਨ ਆ, ਵਿਕਾਸ ਕਿਉਂ ਨਹੀਂ ਹੋ ਪਾਇਆ? ਕਿਉਂਕਿ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਹੁਣ ਐਮ ਪੀ ਰਵਨੀਤ ਬਿੱਟੂ ਵੱਲੋਂ ਪਿੰਡ ਨੂੰ ਗੋਦ ਵੀ ਲਿਆ ਹੋਇਆ ਸੀਗਾ। ਇਹ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਜੀ, ਪਾਰਟੀਆਂ ਕਹਿ ਸਕਦੀ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ, ਪਰ ਸਾਨੂੰ ਤਾਂ ਇਹ ਆ ਸਾਡਾ ਵਿਕਾਸ ਹੋਣਾ ਚਾਹੀਦਾ ਪਿੰਡ ਦਾ। ਕਿਉਂਕਿ ਇਲੈਕਸ਼ਨ ਨੇੜੇ ਆ ਗਏ, ਕਿੱਦਾਂ ਦਾ ਕੈਂਡੀਡੇਟ ਤੁਸੀਂ ਦੇਖ ਰਹੇ? ਕੈਂਡੀਡੇਟ ਤਾਂ ਜਿਹੜਾ ਮਰਜ਼ੀ ਚੁਣ ਲਈਏ, ਪਰ ਸਾਨੂੰ ਆਸ ਤਾਂ ਉਹੀ ਹੁੰਦੀ ਹੈ ਵੀ ਉਹ ਕੈਂਡੀਡੇਟ ਕੰਮ ਕਰੂ। ਠੀਕ ਹੈ ਜੀ, ਜੇ ਕੰਮ ਨਹੀਂ ਕਰਦਾ ਸਾਨੂੰ ਉਸ ਕੈਂਡੀਡੇਟ ਦਾ ਫਾਇਦਾ ਤਾਂ ਹੈ ਨਹੀਂ। ਐਮ ਪੀ ਰਵਨੀਤ ਸਿੰਘ ਬਿੱਟੂ ਆ, ਉਹਦੇ ਵੱਲੋਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਪੂਰਾ ਹੋਇਆ? ਨਹੀਂ ਸਰ, ਕੁਛ ਮਾੜੇ ਮੋਟੇ ਕੰਮ ਹੋਏ ਆ, ਬਾਕੀ ਇੰਨਾ ਕੁਛ ਜ਼ਿਆਦਾ ਕੁਛ ਤਾਂ ਹੋਇਆ। ਜਦਕਿ ਪਿੰਡ ਵਾਲਿਆਂ 'ਚ ਰੋਸ ਹੈ ਕਿ ਪਿੰਡ 'ਚ ਆਉਣ ਜਾਣ ਦਾ ਵੀ ਕੋਈ ਸਾਧਨ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਐਮ ਪੀ ਵੱਲੋਂ ਪਿੰਡ ਲਈ ਕੁਝ ਫੰਡ ਜ਼ਰੂਰ ਦਿੱਤੇ ਗਏ ਹਨ। ਪਿੰਡ ਦਾ ਵਿਕਾਸ ਤਾਂ ਠੀਕ ਆ ਜੀ, ਮੇਨ ਪ੍ਰੋਬਲਮ ਇਹ ਆ ਜੀ ਵੀ ਆਹ ਆਪਣੇ ਵਹੀਕਲ ਹੈ ਨਹੀਂ, ਕੋਈ ਮੁੱਲਾਪੁਰ ਨੂੰ ਜਾਣ ਤੋਂ ਸਾਧਨ ਹੈ ਨਹੀਂ ਪਿੰਡ, ਉਹ ਚੀਜ਼ ਤੋਂ ਵਾਂਝਾ। ਬਾਕੀ ਤਾਂ ਜਿਵੇਂ ਸਾਡੇ ਐਮ ਪੀ ਸਾਹਿਬ ਇਹਨਾਂ ਨੇ ਸਮਾਰਟ ਸਕੂਲ ਬਣਵਾਇਆ, ਸਕੂਲ ਨੂੰ 16 ਲੱਖ ਰੁਪਏ ਪਿੱਛੇ ਦੇ ਕੇ ਗਿਆ, ਉਦੋਂ ਪਹਿਲਾਂ ਵੀ ਦਿੱਤੇ ਆ ਪੈਸੇ ਆਪਦੇ ਕੋਟੇ ਤੋਂ, ਸਕੂਲ ਦਾ ਬਹੁਤ ਕੰਮ ਕੀਤਾ। ਉੱਥੇ ਹੀ ਐਮ ਪੀ ਬਿੱਟੂ ਤੋਂ ਪਿੰਡ ਈਸੇਵਾਲ ਦੇ ਵਿਕਾਸ ਤੇ ਪੁੱਛੇ ਗਏ ਸਵਾਲ ਤੇ ਇਹ ਕਹਿੰਦੇ ਹੋਏ ਪੱਲਾ ਝਾੜ ਲਿਆ ਕਿ ਉਹ ਪਿੰਡ ਉਹਨਾਂ ਨੇ ਨਹੀਂ ਅਪਣਾਇਆ ਸੀ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਤੇ ਥੋਪਿਆ ਸੀ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਕੋਈ ਫੰਡ ਨਹੀਂ ਮਿਲਿਆ। ਉੱਥੇ ਬਹੁਤ ਵਧੀਆ ਕੰਮ ਹੋ ਰਿਹਾ, ਉੱਥੇ ਸਾਰੇ ਜਿਹੜੇ ਬਿਜਲੀ ਦੇ ਖੰਭੇ ਆ, ਮੀਟਰ ਨੇ, ਉਹ ਬਦਲੇ ਗਏ ਨੇ। ਆ ਮੈਂ 5 ਦਿਨ ਪਹਿਲਾਂ ਜਾ ਕੇ ਆਇਆ, ਸਕੂਲ ਦੇ ਕਮਰਿਆਂ ਦੇ ਉਦਘਾਟਨ ਹੋਇਆ। ਗੋਦ ਕੋਈ ਪਿੰਡ ਨਹੀਂ ਲਿਆ ਹੋਇਆ, ਸਾਰੇ ਪਿੰਡ ਇੱਕੋ ਜਿਹੇ ਆ ਮੇਰੇ ਲਈ, ਸਾਰੇ ਦੇ ਸਾਰੇ ਪਿੰਡ ਇੱਕੋ ਜਿਹੇ ਆ। ਕੋਈ ਗੋਦ ਲਿਆ ਪਿੰਡ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਗੋਦ ਲਿਆ ਸੀ, ਇਹਨਾਂ ਦੇ ਅਕਾਲੀ ਦਲ ਬੀਜੇਪੀ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਾ ਨਰਿੰਦਰ ਮੋਦੀ ਜੀ, ਉਹਨਾਂ ਨੇ ਇੱਕ ਇੱਕ ਪਿੰਡ ਹਰ ਵਿਧਾਨ ਸਭਾ 'ਚ ਹਰ ਲੋਕ ਸਭਾ 'ਚ ਗੋਦ ਲਿਆ ਸੀ। ਅਤੇ ਗੋਦ ਲੈਣ ਤੋਂ ਬਾਅਦ ਸੁੱਕੀ ਕੌੜੀ 50 ਆ ਜਿਹੜੀ, ਉਹ ਸੈਂਟਰ ਗੌਰਮੈਂਟ ਵੱਲੋਂ ਨਹੀਂ ਆਈ। ਐਮ ਪੀ ਲੈਣ ਦਾ ਜਿਹੜਾ ਪੈਸਾ ਹੈ ਉਹੀ ਉੱਥੇ ਸਿਰਫ ਰਹਿ ਗਿਆ। ਬੜੀਆਂ ਆਸਾਂ ਸੀ ਵੀ ਬੜਾ ਵੱਡਾ ਪੈਸਾ ਜਿਹੜਾ ਉਹ ਭੇਜਿਆ ਜਾਊਗਾ ਈਸੇਵਾਲ ਪਿੰਡ ਲਈ, ਪਰ ਕੋਈ ਵੀ ਪੈਸਾ ਜਿਹੜਾ ਇੱਕ ਵੀ ਸੈਂਟਰ ਗੌਰਮੈਂਟ ਵੱਲੋਂ 50 ਨਹੀਂ ਆਈ, ਇਹ ਤੁਸੀਂ ਔਨ ਰਿਕਾਰਡ ਦੇਖ ਸਕਦੇ ਹੋ। ਬਿਊਰੋ ਰਿਪੋਰਟ, ਲੁਧਿਆਣਾ ਵਿਊ।